जी अस्सलाम वालेकुम मेरा नाम हाफिज़ खालिद है और आप देख रहे हैं बागी टीवी इस वक्त हम मौजूद हैं आरिफ के के इलाका चक वन ई बी के अंदर यहाँ पर दो बेवा औरतें भी हमारे साथ हैं जो इंसाफ के लिए आरिफ कोर्ट के अंदर थानों के अंदर आठ माह से धक्के खा रही हैं लेकिन इनको इंसाफ़ अभी तक कहीं से नहीं मिल रहा और ये इंसाफ़ केसूल के लिए बागी टीवी के प्लेटफॉर्म पे हाज़िर हैं और ये अपना बयान उन लोगों तक पहुंचाना चाह रही हैं जो इंसाफ देने के लिए पाकिस्तान में अदारे मौजूद हैं तो इनका क्या मसला है इनको इंसाफ क्यों नहीं मिल रहा आए इनसे जानते हैं और ये अपनी ज़ुबानी आपको बताएंगे कि पाकिस्तान के अंदर ये इंसाफ़ के केसूल के लिए किस तरह धक्के खा रही हैं जी अलैक्म माँ वालेकुम सलाम माँ जी की ना बीबी बी आयो वानी बीच बीचा की मसला और तुम जी अठव धक्के खा रहे हो कचहरिया कितने था ਤੁਸੀਂ ਦੱਸੋ ਜ਼ਰਾ ਤੁਹਾਡੇ ਨਾਲ ਕੀ ਪ੍ਰੋਬਲਮ ਹੈ ਕੀ ਮਸਲਾ ਹੈ ਮੇਰਾ ਕਿਹੜਾ ਚਾਚਾ ਨਾ ਚਾਚਾ ਨਾ ਮੇਰਾ ਵੀ ਚਾਚਾ ਮੇਰੇ ਬੰਦੇ ਦਾ ਵੀ ਚਾਚਾ ਹੈ ਤੇ ਮੈਨੂੰ ਵਿਰਾਸਤ ਨਹੀਂ ਦੇ ਰਿਹਾ ਇੱਕ ਮੇਰਾ ਭਾਈ ਹੈ ਦੋ ਮੇਰੇ ਚਾਚੇ ਦੇ ਬੇਟੇ ਨੇ ਤੇ ਸਾਰਿਆ ਜ਼ਮੀਨ ਵੀ ਨਾ ਕਰਾ ਗਏ 100 ਲੱਖ ਰੁਪਈਆ ਵੀ ਲਾਏ ਗਏ ਆਤਾ ਵੀ ਮੈਥੋਂ ਖੋ ਲਿਆ 8 ਮਰਲੇ ਆਤਾ ਸੀ ਉਹ ਵੀ ਮੈਥੋਂ ਖੋ ਲਿਆ ਨੇ ਮਾਜੀ ਇਹ ਆਪਕਾ ਕਿਸ ਕਦੋਂ ਚੱਲ ਰਹਾ ਹੈ ਕਿਸ ਖਾਲ ਦਿ ਗਿਆ ਇੱਥੇ ਕਾ 8 ਮਹੀਨੇ ਹੋ ਗਏ ਖਾਲਦੀ ਹੈ 8 ਮਹੀਨੇ ਹੋ ਗਏ ਕੇਸ ਚੱਲਦਾ ਪਿਆ ਹੈ ਕਿਹੜੀ ਅਦਾਲਤ ਉਹ ਖਾਲਦੀ ਹੈ ਖਾਲਦ ਹਯਾਤ ਐਡਵੋਕੇਟ ਹੈ ਜਾਂ ਉਹ ਕਿਆ ਹੈ ਜੱਜ ਜੱਜ ਹੈ ਉਹ ਉਹਨਾਂ ਦੇ ਪਾਸ ਆਪਕਾ ਕੇਸ ਹੈ ਔਰ ਥਾਣਾ ਕੌਣ ਸਾ ਜਹਾਂ ਪੇ ਆਪਨੇ ਐਪਲੀਕੇਸ਼ਨ ਦੀ ਹੋਈ ਹੈ ਔਰ ਨਰੰਗਸ਼ਾ ਥਾਣਾ ਰੰਗਸ਼ਾ ਕੇ ਅੰਦਰ ਆਪਨੇ ਐਪਲੀਕੇਸ਼ਨ ਥਾਣੇ ਵਾਲੇ ਕਿਆ ਕਹਤੇ ਆਪਸ ਥਾਣੇ ਵਾਲੇ ਆਂਦੇ ਨੇ ਭਾ ਚੱਲ ਮਾਈ ਧੱਕੇ ਮਾਰਦੇ ਨੇ ਗਾਲ੍ਹੀਆਂ ਕੱਢਦੇ ਨੇ ਭਾ ਚੱਲ ਸੁਣਦੇ ਨਹੀਂ ਦੇ ਪੈਸੇ ਉਧਰ ਰਿਸ਼ਵਤ ਖਾ ਲੈਂਦੇ ਨੇ ਤੇ ਮੈਨੂੰ ਗਾਲ੍ਹਾ ਕੱਢ ਤੇ ਪਜਾ ਦਿੰਦੇ ਨੇ भी मेरे मेरे तो जाती गई तो मेरे बच्चा फाड़ फाड़ फाट भार, फाड़ते आ दी मेरे तो जाती होगी खड़ी माँ जी जो आपका हिस्सा बनता है वो जमीन के अंदर है उसमें पैसे वगैरह भी शामिल है पैसे वगैरह भी जमीन भी कितनी जमीन है आपकी जो आपको नहीं मिल रही चार कनाला जमीन है मेरा तीसरा हिस्सा है अच्छा तो जो आपने पटवारी से वो लिया हुआ शजरा सारा उसके अंदर ये साबित हो रहा है कि आपके हिस्से में जमीन आ रही है हो रही पटवारी देगी रिपोर्ट ऐसी थोड़ी जा ਤੀਸਰਾ ਇਸਾ ਮਿਲੇਦਾ ਅਗੋ ਬੇਈਮਾਨ ਹੋਈ ਖਲਵਾ ਦੇ ਨਹੀਂ ਅਸੀਂ ਨਹੀਂ ਦਿੰਦੇ ਅਸੀਂ ਅਪੀਲ ਕਰਦੇ ਆਂਦੇ ਸੀ ਇਹਨੂੰ ਨਹੀਂ ਦਿੰਦੇ ਅਸੀਂ ਸਾਰਾ ਕੁਝ ਵੇਚ ਤੇ ਖਾ ਲਾਂਦੇ ਇਹਨੂੰ ਨਹੀਂ ਅਸੀਂ ਹਿੱਸਾ ਦੇਣਾ ਜਿਨ ਲੋਗੋ ਨੇ ਆਪकी ਜ਼ਮੀਨ ਕੇ ਉਪਰ ਕਬਜ਼ਾ ਕੀਆ ਉਹ ਲੋਕ ਕੌਣ ਹੈਂ ਕੀ ਲੱਗਤੇ ਆਪਕੇ ਉਹ ਇੱਕ ਮੇਰੇ ਚਾਚੇ ਦਾ ਮੁੰਡਾ ਮੁਸੱਬਲੀ ਇੱਕ ਮੇਰਾ ਭਰਾ ਜ਼ਬੇਰ ਏ ਇੱਕ ਮੇਰੇ ਚਾਚੇ ਦਾ ਮੁੰਡਾ ਹੈ ਰੁਸਮਤ ਇਹ ਤਿੰਨਾਂ ਨੇ ਵੀ ਅਸੀਂ ਇਹਨੂੰ ਕਤਲ ਦੇ ਤਮ ਕਹਿ ਦਿੰਦੇ ਨੇ ਮਾਰਨਾ ਚਾਹਦੇ ਨੇ ਬਾਹਰ ਨਹੀਂ ਨਿਕਲਣ ਦਿੰਦੇ ਇਹਨਾਂ ਦੀ ਬੇਟੀ ਨੂੰ ਮਾਰ ਦਿਓ ਇਹਨੂੰ ਮਾਰ ਦਿਓ ਜੇ ਮੈਂ ਜਾਵਾਂ ਦੀ ਰਾਏ ਰਸਮਤ ਇਹ ਤੇ ਨਾ ਦੇ ਨੇ ਬਸ ਇਹਨੂੰ ਕਤਲ ਦੇ ਤਮ ਕਿਆ ਦਿੰਦੇ ਨੇ ਮਾਰਨਾ ਚਾਹਦੇ ਨੇ ਬਾਹਰ ਨਹੀਂ ਨਿਕਲਣ ਦਿੰਦੇ ਇਹਨਾਂ ਦੀ ਬੇਟੀ ਨੂੰ ਮਾਰ ਦਿਓ ਇਹਨੂੰ ਮਾਰ ਦਿਓ ਜੇ ਮੈਂ ਜਾਵਾਂ ਦੀ ਅਦਾਲਤ ਵਿੱਚ ਤੇ ਪਿੱਛੋਂ ਮੇਰੇ ਬੱਚਾ ਨੂੰ ਪੁਲਿਸ ਪੁਆ ਤੇ ਚਵਾ ਲੈਣ ਦੇ ਉਹ ਪੈਸੇ ਵਾਲੇ ਨੇ ਮਨਛਾ ਥਾਣੇਦਾਰ ਜਾਂਦਾ ਏ ਮੇਰੇ ਬੱਚਾ ਨੂੰ ਬੇਗਨਾ ਨੂੰ ਚਾ ਲਿਆ ਆਂਦਾ ਤੇ ਮੈਂ ਬਤੇਰਾ ਰੋਂਦੀ ਕਰਾਨੀਆਂ ਕੋਈ ਨਹੀਂ ਸੁਣਦਾ ਪਿਆ ਮਾ ਜੀ ਆਪ ਅਦਾਲਤ ਸੇ ਹੁਕਾਮੇ ਬਾਲਾ ਸੇ ਕੀ ਬਿਆਨ ਦੇਂਗੇ ਆਪਣਾ ਕੀ ਹੁਨੇ ਪੇਗਾਮ ਦੇਣਾ ਚਾਹਤੇ ਏਸ ਵਾਲੇ ਸੇ ਵੀ ਇਹ ਮੈਂ ਬਿਆਨ ਦੇ ਤਾ ਕਰ ਦੋ ਆਇਆ ਜਾਵੇ ਕਰ ਦੋ ਆਇਆ ਜਾਵੇ ਮੇਰਾ ਮੇਰੇ ਕਿਹੜੇ ਘਰ ਚ ਬੈਠੀ ਸਾਂ ਮੈਨੂੰ ਮੇਰਾ ਕਰ ਦੋ ਆਇਆ ਜਾਵੇ ਚਾਚਾ ਮੈਨੂੰ ਰਾ ਮੌਲਾ ਦੇ ਖਦਾ ਵਾਸਤੇ 8 ਮਰਲੇ ਥਾਂ ਦੇ ਗਿਆ ਸੀ ਉਹਦੇ ਕੋਲ ਮੈਂ ਰਹਿੰਦੀ ਸਾਂ ਉਹਦੀ ਖਿਦਮਤ ਕਰਦੀ ਸਾਂ ਹੋਨੋਂ ਮੈਥੋਂ ਇਦੋਂ ਪਿੱਛੇ ਇੱਕ ਦਿਨ ਮੇਰੇ ਤਾਵੜੀਆਂ ਤੋੜਤੀਆਂ ਸਾਨ ਕਾ ਤੋੜਤੀਆਂ ਖੜੇ ਪੰਨ ਤੇ ਮੈਨੂੰ ਕੁੱਟਿਆ ਮਾਰਿਆ ਤੇ ਨਸ਼ਾ ਉਹਨਾਂ ਲੈ ਗਏ ਪੈਸੇ ਲੈ ਗਏ ਉਲਟਾ ਮੈਂ ਥਾਣੇ ਆਈ ਤੇ ਥਾਣੇ ਵਾਲਿਆਂ ਨੇ ਨਹੀਂ ਸੁਣਿਆ ਮੌਕਾ ਵੀ ਨਹੀਂ ਵੇਖਿਆ ਜੀ ਆਪ ਹਕੂਮਤ ਸੇ ਕੀ ਆਪਣਾ ਜੋ ਹੈ ਨਾ ਉਹ ਮਤਲਬਾ ਕਰਤੇ ਹੈ ਵਿਆਪਨ ਨਿਨਸਾਫ ਦੁਆਇਆ ਜਾਵੇ ਮੈਂ ਨਿਨਸਾਫ ਲੈਣਾ ਚਾਹ ਨਹੀਂ ਆ ਮੈਂ ਰੋਲਤੇ ਮਰ ਗਈ ਤੇ ੱੱਕੇ ਖਾਂਦੀ ਫਿਰਨ ਮੈਂ ਬੇਵਾਂ ਔਰਤਾ ਮੇਰੇ ਕੋਲ ਕੋਈ ਰੁਪਈਆ ਕੋਨੀ ਮੈਂ ਗਰੀਬ ਔਰਤਾ ਹਾਂ जी जुलेखा बीबी की बात सुनी कि वो इंसाफ के असूल के लिए सदर पाकिस्तान से वजी अली पंजाब से जो है ना वो इंसाफ की पुरजोर अपील कर रही हैं हाफज खालिद बागी टी वी आरिफ अला